5000 रुपया जीते रहे ना और 40000 रुपया हर रहे फैसले हार दी फिर जब तालिया मारते एक बारी जंप कराओ यार एक जंप कराओ अरे लाडिया आ दुनिया और राणा साहब चलो जी कराओ कुश्ती शुरू आई कौन सा कुश्ती शुरू कराओ करा दो जी टाइम का कटे है आई कौन सा ए मेरी बड़ी मान की कुश्ती होगी रेफरी तुसी करो मैं फैसला हार जी ठीक है ना अमृतपाल साहब अमृतपाल अपना हाथ ऊपर करो तो बिनिया भी जेड के बाकी में आइए बांधा लाख लाख शुक्रगुजार है शुक्रिया अदा करेंगे आज भी असेंबली सर में तो डीमा की खुशी अमृतपाल अमृतसर तो दुनिया में जान के उधर जेड़ी तो भी अपना दे मैं शुक्रिया अदा करेंगे साधे फतर शाह जी डॉक्टर सतपाल वर्मा जी साढ़े दूर दराज के जो दर्शक आए ना आज भी जड़ी पट्टी मार की खुशी है साढ़े एम एल ए नगरोटा काशी वासी दविंदर सिंह राणा की तरफ है जिन्होंने पंडियाल के डंगर अंदर भी 50000 रुपए की खुशी कराई थी राणा साहब के नाम में जोरदार ताड़ियां जी ला दो जोरदार ताड़ियां सारे ही बहुत बहुत धन्यवाद है लोग खुशी शुरू हुई है एक बसे बिनी है जम्मू दूजे पास अमृतपाल गोलबाग उधर पास कुश्ती रिंकू पहलवान चीरकपुरी ओपन पास हेठले पास मनीर खान जाती हुई कुश्ती मैदान इन्हें गभरू नौजवान दरमैन कहता एक भी जोर बड़ा साम साम रखे हेलो बोली की बड़ा आज परसों चाक के अंदर दंगल होगा जब सदे हो पहलवान की खुशी आनी है रेंडल गड़ी वो 9 जून ਮੈਂ 9 ਜੁਲਾਈ ਨਵੰਬਰ ਸੁਭਾਸ਼ ਸਟੇਡੀਅਮ ਉਹਦੇ ਵਿੱਚ ਰੜੀ ਫੜੀ ਵਾਲੇ ਦੰਗਲ ਕਰਾਉਂਦੇ ਨੇ ਉੱਥੇ ਸੱਤੇ ਪੱਤਰ ਵਾਲੇ ਪਹਿਲਵਾਨ ਦੀ ਖੁਸ਼ੀ ਆਉਣ ਦਾ ਕਾਰਨ ਜਿਸ ਦਲ ਨੇ ਜਾਣਾ ਹੈ ਸਾਂਝੇ ਦੇ ਉੱਪਰ ਦੰਗਲ ਹੋਈ ਸੁਣ ਵਾਲੇ ਰੋ ਕਿਆ ਕੀ ਕਰੀਏ ਲਓ ਤੇ ਨੋਟ ਕਰਿਓ ਅਕਤੂਬਰ ਮਹੀਨੇ ਤੁਹਾਡੇ ਇਲਾਕੇ ਦੇ ਵਿੱਚ 3 ਵੱਡੇ ਦੰਗਲ ਹੋਣੇ ਆ 21 ਤਰੀਕ ਅਕਤੂਬਰ 10ਵੇਂ ਮਹੀਨੇ ਦੀ ਸੁਨੈਲ ਦੀ ਹੈ 27 ਅਕਤੂਬਰ ਬਣ ਮਲਬਰ ਦੀ ਹੈ ਤੇ ਜਿਹੜੀ 28 ਤਰੀਕ ਹੈ ਢੋਲੀ ਦੀ ਕਮਿਟ ਬਈ ਫਿਰ ਤੋਂ ਨੋਟ ਕਰਿਓ 10ਵੇਂ ਮਹੀਨੇ ਦੀ 21 ਤਰੀਕ ਸੁਨੈਲ ਦਾ ਦੰਗਲ ਹੋਊਗਾ ਤਿੰਨੇ ਜਿਹੜੇ ਦੰਗਲ ਹੈ ਜਿਹੜੇ ਅਨਾਊਂਸ ਕਰਨ ਲੱਗਿਆ ਵੱਡੇ ਬਜਟ ਦੇ ਹੈ ਤੇ 27 ਅਕਤੂਬਰ ਭਵਿਸ਼ਣ ਸਰਪੰਚ ਹੋਰਾਂ ਦਾ ਦੰਗਲ ਹੋਏਗਾ ਬਣ ਮਲਬਰ ਦਾ 28 ਤਰੀਕ ਬੰਦਲਾਲ ਠੱਠਰ ਦੇ ਦੰਗਲ ਦੀ ਤਰੀਕ ਹੋਏਗੀ ਨੋਟ ਕਰਿਓ 28 ਤਰੀਕ 21 ਦੇ 28 ਦੋਨੋਂ ਐਤਵਾਰ ਪੈਂਦੇ ਆ 10ਵੇਂ ਮਹੀਨੇ ਦੇ ਦੰਗਲ ਐ ਨੋਟ ਕਰਿਓ ਟੋਲੀ ਲਾ ਲੈ ਟੋਲ ਤੇ ਡੱਗਾ ਨੰਗੋ ਸੀ ਦਾ ਤੇ ਸ਼ੁਰੂ ਹੋਈ 19 ਸਤੰਬਰ ਜਿਹੜੀ ਰੂਪੋਵਾਲ ਦਾ ਦੰਗਲ ਹੈ ਜਿੱਥੇ ਪਿਛਲੇ ਸਾਲ ਜੱਸੇ ਦੇ ਰੂਬਲ ਦੀ ਕੁਸ਼ਤੀ ਹੋਈ ਸੀ ਆਲਟੋ ਗੱਡੀ ਹੁੰਦੀ ਆ 19 ਸਤੰਬਰ ਲਾਈਵ ਚੱਲੇਗਾ ਪੰਜਾਬੀ ਲਾਈਵ ਟੀਵੀ .com ਤੇ ਇਹ ਤਿੰਨੋਂ ਦੰਗਲ ਜਿਹੜੇ ਜੰਮੂ ਵਾਲੇ ਆ ਇਹ ਵੀ ਲਾਈਵ ਚੱਲਣਗੇ ਵੀ ਨੋਟ ਕਰਦੇ ਆਇਓ ਤੇ ਪੰਜਾਬੀ ਲਾਈਵ ਟੀਵੀ .com ਕਵਰ ਕਰੇਗਾ ਇਹਨਾਂ ਦੰਗਲਾਂ ਨੂੰ ਵੀ ਇਹ ਵੀ ਨੋਟ ਕਰਦੇ ਆਈਏ ਵੱਡੇ ਬਜਟ ਦੇ ਦੰਗਲ ਜਿਹੜੇ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਣੇ 4 ਤਰੀਕ ਤੋਂ ਜਿਹੜੇ ਅਸਲੀ ਦੰਗਲ ਸ਼ੁਰੂ ਹੋਣੇ ਆ ਸਤੰਬਰ ਚ 9ਵੇਂ ਮਹੀਨੇ ਚ ਪਰ ਉਹ ਤੋਂ ਪਹਿਲਾਂ 13-14 ਤਰੀਕ ਜਿਹੜੀ ਹੈਗੀ ਹੈ ਅਗਸਤ ਮਹੀਨੇ ਪੰਜੋਖਰਾ ਸਾਹਿਬ ਦਾ ਦੰਗਲ ਹੋਏਗਾ ਦੰਗਲ ਲਾਈਵ ਹੋਏਗਾ 18 ਤਰੀਕ ਸਮਰਾਲੇ ਦਾ ਦੰਗਲ ਹੁੰਦਾ ਵੱਡੇ ਲੈਵਲ ਦਾ ਉਹ ਵੀ ਜਿਹੜਾ ਲਾਈਵ ਹੋਏਗਾ ਨੋਟ ਕਰਦੇ ਆਇਓ 17 ਤਰੀਕ ਪਠਾਨਕੋਟ ਦੇ ਲਾਗੇ ਦੰਗਲ ਹੈ 19 ਤਰੀਕ ਵੀ ਪਠਾਨਕੋਟ ਦੇ ਲਾਗੇ ਦੰਗਲ ਹੈ ਇਹ ਅਗਸਤ ਮਹੀਨੇ ਦਾ ਦੰਗਲ ਹੈ ਇਹ ਵੀ ਜਿਹੜੇ ਲਾਈਵ ਹੋਣਗੇ 4 ਤਰੀਕ ਤੋਂ ਬਾਅਦ ਜਿਹੜੇ ਪੰਜਾਬ ਦੇ ਦੰਗਲ ਹੈ ਉਹ ਲਗਾਤਾਰ ਹੋਣਗੇ 4 ਤਰੀਕ ਤੋਂ ਬਾਅਦ 1 ਅਕਤੂਬਰ ਕਜਹਿਰੀ ਦੇ ਦੰਗਲ ਦੀ ਤਰੀਕ ਹੋਏਗੀ ਇਸੇ ਤਰ੍ਹਾਂ 8 ਅਕਤੂਬਰ ਧਨਾਸ 15 ਨਵੰਬਰ ਫਿਰ ਤੋਂ ਧਨਾਸ ਇਹ ਚੰਡੀਗੜ੍ਹ ਏਰੀਆ ਦੇ ਦੰਗਲ ਹੈ ਇਹ ਵੀ ਵੱਡੇ ਲੈਵਲ ਦੇ ਦੰਗਲ ਹੈ 9 ਅਕਤੂਬਰ ਗੜੀ ਮਹਾ ਸਿੰਘ ਦੁਆਬੇ ਦਾ ਦੰਗਲ ਹੈ ਇਹ ਵੀ ਦੰਗਲ ਵੱਡਾ ਹੈ ਲੋਕੋਸਤੀ ਮੈਦਾਨ ਦੇ ਵਿੱਚ ਆਪਾਂ ਦੇਖਦੇ ਹਾਂ ਵੀ
ਅਮਰਤਪਾਲ ਗੋੜਵਾਗ ਅੰਮ੍ਰਿਤਸਰ ਤੇ ਨਾਲ ਬਿਨੀਆਂ ਪਹਿਲਵਾਨ ਜੰਮੂ ਸਮੇਂ ਦੀਆਂ ਬਾਤਾਂ ਕਹਿੰਦੇ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਇਹਨਾਂ ਗੱਭਰੂਆਂ ਦਰਮਾਰ ਕੇ ਹਿੱਕ ਵਿੱਚ ਜ਼ੋਰ ਬੜਾ ਸਾਂਭ ਸਾਂਭ ਰੱਖਿਆ ਮਾੜਿਆ ਕਮਾਂਡੇ ਵਾਲੇ ਕਦੇ ਨਹੀਂ ਉਤਕਿਆ ਮਿਹਨਤਾਂ ਦਾ ਯਾਰੋ ਰਹਿੰਦਾ ਚੜਿਆ ਸਰੂਰ ਹੈ ਕਿ ਤਾਈਓ ਅਜੇ ਚਾਰੇ ਪਾਸੇ ਮੱਲ ਮਸ਼ਹੂਰ ਹੈ ਗੈਲ ਮਜਾਰੀ ਸ਼ੇਰੇ ਕੱਢ ਦਿੰਦਾ ਵਹਿਮ ਹੈ ਕਿ ਜੰਮੂ ਵਾਲਾ ਬਿਣੀਆ ਤੇ ਅੰਮ੍ਰਿਤਸਰ ਵਾਲਾ ਅੰਮ੍ਰਿਤਪਾਲ ਅੱਜ ਪੂਰੇ ਕਹਿਮ ਹੈ ਪਰ ਬਾਤ ਸਮੇਂ ਦੀ ਹੋਏਗੀ ਕਿ ਜਿੱਤਦਾ ਕੌਣ ਹੈ ਤੇ ਹਰਦਾ ਕੌਣ ਹੈ ਗੱਲ ਸਮੇਂ ਦੀ ਹੋਏਗੀ ਦੋਨੋਂ ਵੱਲ ਫਿਰਦੇ ਹਾਂਜੀ ਉੱਥੇ ਕੁਸ਼ਤੀ ਚੱਲ ਰਹੀ ਹੈ ਰਿੰਕੂ ਚੰਡੀਗੜ੍ਹ ਤੇ ਮਨੀਰ ਪੰਜ ਰਾਈ ਜਿਨ੍ਹਾਂ ਨੇ 6000 ਦਾ ਕੁਸ਼ਤੀ ਰੱਖਿਆ ਨਾ ਉਹਨਾਂ ਦਾ ਫੈਸਲਾ ਹਾਰ ਜੀ ਅੰਮ੍ਰਿਤਪਾਲ ਅਖਾੜਾ ਗੋਲ ਦਾ ਅੰਮ੍ਰਿਤਸਰ ਤੇ ਬਿਨਿਆਮਿਨ ਪਹਿਲਵਾਨ ਜੇ ਐਂਡ ਕੇ ਪੰਜ ਮਿੰਟ ਕੁਸ਼ਤੀ ਹੋਈ ਹੈ 15 ਮਿੰਟ ਦਾ ਸਮਾਂ ਬਾਕੀ ਲਓ ਚੱਲਦੇ ਹੋ ਕੁਸ਼ਤੀ ਮੈਦਾਨ ਦੇ ਵਿੱਚ ਨਗਬਰੂਆਂ ਦਰਮਿਆਨ ਕਿ ਸੂਰਜ ਵੀ ਅਕਬਰ ਖਾਨ ਦੇ ਧੁੱਪਾਂ ਦੇ ਉੱਤੇ ਹਰਦੀਆਂ ਦੱਬਦੀ ਜਿਵੇਂ ਤੰਦੂਰੀ ਰੋਟੀ ਚ ਪਿੰਡੇ ਨੂੰ ਛਾੜਦੀਆਂ ਉਹ ਮਾਗ ਵਿੱਚ ਛੱਡਿਆ ਯਾਰੋ ਨਿਕਲ ਜਾਈਆਂ ਦਾ ਸੁੱਖੀ ਘੱਗਰ ਵਾਲੇ ਵੇਖ ਲੈ ਮੁੱਲ ਮਿਹਨਤ ਲੈ ਜਾਂਦਾ ਕਿ ਸੁੱਖੀ ਘੱਗਰ ਵਾਲੇ ਵੇਖ ਲੈ ਮੁੱਲ ਮਿਹਨਤ ਲੈ ਜਾਂਦਾ ਲਾਈਆਂ ਮਿਹਨਤਾਂ ਦਾ ਮੁੱਲ ਮੈਦਾਨ ਵਿੱਚ ਮੋੜਿਆ ਜਾ ਰਿਹਾ ਵਾਕੇ ਨਹੀਂ ਰਿਸਾ ਇਹਨਾਂ ਨੌਜਵਾਨਾਂ ਦਿਆਂ ਕਿ ਗੱਭਰੂ ਪੁੱਤ ਪੰਜਾਬ ਦੇ ਤੁਰਦੇ ਵੱਖਰੀ ਤੋਰ ਐ ਦਿਲਾਂ ਵਿੱਚ ਦਲੇਰੀਆਂ ਤੇ ਗੁੱਸਿਆਂ ਦੇ ਵਿੱਚ ਜ਼ੋਰ ਮਨੀਰ ਪੰਜਗੜ੍ਹ ਦੋਵੇਂ ਅਲੱਗ ਦਾ ਪਹਿਲਵਾਨ ਹੈ ਤੇ ਰਿੰਕੂ ਚੰਡੀਗੜ੍ਹ ਲੈ ਚੱਲਦੀ ਹੋਈ ਕੁਸ਼ਤੀਆਂ ਮੈਦਾਨ ਦੇ ਵਿੱਚ ਦੋਹਰੇ ਇੱਧਰ ਮਾਲੀ ਦੀ ਕੁਸ਼ਤੀ ਬਿਨੀਆਂ ਦੇ ਅੰਮ੍ਰਿਤਪਾਲ ਤੇ ਰਿੰਕੂ ਜੀਰਕਪੁਰ ਤੇ ਮਨੀਰ ਖਾਨ ਇਹਨਾਂ ਦੇ ਦਰਮਿਆਨ ਜਿਹੜੇ ਪੰਜਗੜ੍ਹੀਆਂ ਵਾਲੇ ਦੇ ਦਰਮਿਆਨ ਕੁਸ਼ਤੀ ਚੱਲਦੀ ਹੈ ਭਾਵੀ ਵਾਲੇ ਰੀਸਾ ਮਨੀਰ ਖਾਨ ਫੜਨ ਦਾ ਯਤਨ ਕਰਦਾ ਦੂਜੇ ਪਾਸੇ ਰਿੰਕੂ ਐਵੇਂ ਨਹੀਂ ਕਹਿੰਦੇ ਸਾਰੀ ਉਮਰ ਪਹਿਲਵਾਨੀ ਚ ਗੱਡੀਆਂ ਸੋ ਨੌਜਵਾਨ ਨੇ ਰਿੰਕੂ ਨੇ ਤੇ ਪਹਿਲਵਾਨੀ ਦੇ ਸਿਰ ਤੇ ਬਤੌਰ ਕੋਚ ਜਿਹੜਾ ਲੱਗ ਗਿਆ ਲੈ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਰਮਿਆਨ ਕਿ ਚੱਕੀ ਦੇ ਪੁੜਾ ਵਾਂਗੂ ਚੌੜੀਆਂ ਨੇ ਛਾਤੀਆਂ ਪਾ ਕੇ ਲਗੋਟੇ ਮੱਲ ਮਾਰਦੇ ਨੇ ਥਾਪੀਆਂ ਕਿ ਨਾਮ ਰੱਬ ਦਾ ਧਿਆ ਕੇ ਸਿਰ ਉਸਤਾਦ ਨੂੰ ਚੁਕਾ ਕੇ ਆਉਂਦੇ ਨੇ ਅਖਾੜੇ ਵਿੱਚ ਨੱਚ ਟੱਪ ਇਸ਼ਾਰਾ ਮਾਰਦੇ ਕਿ ਸ਼ੇਰੇ ਗਹਿਲ ਮਜਾਰੀ ਸਿੰਘ ਵਸੇ ਜੁੱਤ ਹੁਣ ਆਰ ਪਾਦੇ ਤੇ ਜੁੱਤ ਹੁਣ ਆਰ ਪਾਦੇ ਆਰ ਪਾਦੇ ਜੁੱਤਾਂ ਦੀ ਗੱਲ ਹੋਣੀ ਹੈ ਮੈਦਾਨ ਦੇ ਵਿੱਚ ਆਪਣਾ ਸਮਝਿਆ ਸਮਾਂ ਜਿਹੜਾ ਕਿਸ਼ਤ ਦਾ ਜਾਂਦਾ ਮੈਦਾਨ ਦੇ ਵਿੱਚ ਚੱਲ ਤੁਸੀਂ ਤੁਸੀਂ ਇਹਨਾਂ ਗੱਭਰੂਆਂ ਦਰਮਿਆਨ ਹੈ ਕਿ ਮਿਹਨਤ ਨਾ ਰੱਖਿਆ ਸਰੀਰ ਸਭ ਮੱਲਾਂ ਨੇ ਤਾਈਓ ਯਾਰ ਅੱਜ ਦੇ ਦਿਲਾਂ ਚ ਹੁੰਦੀਆਂ ਫਿਰ ਗੱਲਾਂ ਨੇ ਕਿ ਮਾਰ ਮਾਰ ਮਿਹਨਤਾਂ ਸਰੀਰ ਯਾਰੇ ਗੁੰਦੇ ਹੈ ਪੁੱਟ ਦੀ ਫਿਰ ਧੂੜ ਲੱਗੀ ਪੱਪਾ ਭਰ ਹੁੰਦੇ ਹੈ ਕਿ ਦਾਬੇ ਚ ਮਾਰ ਗੋਰੀਆਂ ਨਚਾਉਂਦੇ ਹੈ ਡੰਗਲਾਂ ਚ ਫਿਰ ਮੱਲ ਸੇਰਾ ਕਰਵਾਉਂਦੇ ਹੈ ਗਹਿਲ ਮਜਾਰੀ ਸ਼ੇਰੇ ਵੇਖ ਚੜੀਆਂ ਜਵਾਨੀਆਂ ਕਿ ਵੱਜਦੇ ਹੈ ਢੋਲ ਨਾਲੇ ਹੋਰ ਪਹਿਲਵਾਨੀਆਂ ਕਿ ਵੱਜਦੇ ਹੈ ਢੋਲ ਨਾਲੇ ਹੋਰ ਪਹਿਲਵਾਨੀਆਂ ਚੱਲਦੀ ਹੋਈ ਕੁਸ਼ਤੀਆਂ ਦੋ ਮਨੀਰ ਖਾਨ ਦਾ ਸਿੰਘ ਰਿੰਕੂ ਜੀਰਕਪੁਰ ਤੋਂ ਦੂਜੇ ਪਾਸੇ ਅੰਮ੍ਰਿਤਪਾਲ ਗੋੜਵਾਗ ਅਖਾੜਾ ਅੰਮ੍ਰਿਤਸਰ ਦੇ ਨਾਲ ਜਿਹੜਾ ਮੱਲ ਖੁੱਲਦਾ ਇਹ ਹੈ ਬਿਨਿਆਮਿਨ ਜੰਮੂ ਸਮੇਂ ਦੀ ਬਾਤ ਕਿਹੜਾ ਜਿੱਤਦਾ ਕਿਹੜਾ ਹਰਦਾ ਗੱਲ ਸਮੇਂ ਦੀ ਹੋਣੀ ਹੈ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਗੱਭਰੂਆਂ ਦਰਮਿਆਨ ਹੈ ਸਿਡਨੀ ਸਟੇਡੀਅਮ ਬਠਿੰਡੇ ਦੇ ਅੰਦਰ ਦੂਸਰਾ ਵਿਸ਼ਾਲ ਜਸ਼ਨ ਜੰਗਲ ਹੋਏਗਾ ਜਿਹਦੇ ਵਿੱਚ ਸੱਦੇ ਹੋਏ ਪਹਿਲਵਾਨਾਂ ਦੀਆਂ ਫਸਲਾਂ ਹਾਰਦੀਆਂ ਰਿੰਕੂ ਚੰਡੀਗੜ੍ਹ ਤੇ ਮਨੀਰ ਪੰਜਗੜ੍ਹ ਨੂੰ ਬਰਸਾਈ ਸਮਾਂ ਦੇਵੋ 5 ਮਿੰਟ ਕਿਉਂਕਿ ਰਿੰਕੂ ਦੇ ਨੂੰ ਪਹਿਲਾਂ ਕਾਫੀ ਜ਼ੋਰ ਲੱਗਿਆ ਨਾ ਤੇ ਮਨੀਰ ਪੰਜਗੜ੍ਹ ਨੇ ਵੀ ਸਾਗਰ ਦਿੱਲੀ ਨਾਲ ਬੜੀ ਤਗੜੀ ਖੁਸ਼ੀ ਦਿਖਾਈ ਸੀ ਇੱਧਰ ਖੁਸ਼ੀ ਦਾ ਫੈਸਲਾ ਹਾਰ ਵੀ ਦੇਵੇਗਾ ਅੰਮ੍ਰਿਤਪਾਲ ਪਹਿਲਵਾਨ ਖੜਾ ਗੋਲਬਾਗ ਤੇ ਬਿਨੀਆਮਿਨ ਜੰਮੂ ਮੈਦਾਨ ਦੇ ਵਿੱਚ ਚੱਲਦੀਆਂ ਹੋਈਆਂ ਦੋ ਕੁਸ਼ਤੀਆਂ ਸਮਾਂ ਹੌਲੀ ਹੌਲੀ ਚੁਸਕਦਾ ਹੋਇਆ ਸਮੇਂ ਨਾਲ ਪਤਾ ਲੱਗੂ ਕਿਹੜਾ ਜਿੱਤਦਾ ਕਿਹੜਾ ਹਰਦਾ ਹੈ ਕਾਕਾ ਬਠਿੰਡੀ ਵਾਲਾ ਵੀ ਚੇਚੇ ਤੌਰ ਤੇ ਬੁਝਿਆ ਹੋਇਆ ਉਹਦਾ ਵੀ ਭਰਵਾਂ ਸਵਾਗਤ ਕਰਦੇ ਹੈ ਤੇ ਮੈਦਾਨ ਦੇ ਵਿੱਚ ਆਪਾਂ ਵੇਖਦੇ ਹਾਂ ਵੀ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਉੱਧਰ ਮਨੀਰ ਉੱਪਰਲੇ ਪਾਸੇ ਦੇ ਪਹਿਲਵਾਨ ਰਿੰਕੂ ਇਧਰਲੇ ਪਾਸੇ ਇੱਧਰ
ਚਲਦੀ ਹੋਈ ਕੁਸ਼ਤੀ ਅੰਮ੍ਰਿਤਪਾਲ ਗੋਲਬਾਗ ਦੇ ਨਾਲ ਫਿਰਿਆ ਜੰਮੂ ਕਿ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾ ਕਿ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾ ਜੋ ਸੀ ਜਵਾਨੀ ਰੂਪ ਰੰਗ ਦੀਆਂ ਲੋਕੀ ਗੱਲ ਤਰੀਫਾਂ ਉਹਦੀ ਖੇਡ ਕੁਸ਼ਤੀ ਦੀ ਗੱਲ ਉਹਦੀ ਧੂੜ ਅਸਮਾਨੀ ਘੁੱਟੇ ਵਾਲਿਆ ਜੋ ਲੱਗਦਾ ਲੱਗਦਾ ਚੜੀ ਜਵਾਨੀ ਅਗਲੀ ਗੱਲ ਬਾਬਾ ਫਰੀਦ ਪਹਿਲਵਾਨ ਸਾਡੇ ਇਲਾਕੇ ਦੇ ਇਹ ਖੜ ਦੀ ਸਲਾਮੀ ਦੇਣਗੇ ਇਹਨਾਂ ਦਾ ਤਾਲੀਆਂ ਦੇ ਨਾਲ ਸ਼ਹਿਦ ਕੀਤਾ ਜਾਏਗਾ ਇਹਨਾਂ ਨੇ ਸਮੇਂ ਦਾ ਨਾਮ ਰੋਸ਼ਨ ਕੀਤਾ ਵਾ ਆਈ ਇਹਨਾਂ ਮਾਈ ਪਹਿਲਵਾਨ ਬਰਾਦਰ ਉਸਤਾਦ ਬੁੱਲਾ ਪਹਿਲਵਾਨ ਬੜੀ ਜ਼ਬਰਦਸਤ ਖੁਸ਼ੀ ਹੋਈ ਹੈ ਚਾਚਾ ਮਣੀਰਾਮ ਜੀ ਤੁਹਾਡੇ ਵਾਲੀ ਅਸੀਂ ਧੰਨਵਾਦ ਕਰਦੇ ਹਾਂ ਉੱਥੇ ਪ੍ਰਵੀਰ ਤੇ ਪ੍ਰਦੀਪ ਇਹਨਾਂ ਭਰਾਵਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੋਕ ਚੱਲਦੀਆਂ ਹੋਈਆਂ ਦੋ ਕੁਸ਼ਤੀਆਂ ਮੈਦਾਨ ਦੇ ਵਿੱਚ ਲਿਖਦਾ ਵਿੱਚ ਕਰਾਲੇ ਮਲ ਢਾਉਣੇ ਕਿਹੜੇ ਸਿਖਾਲੇ ਲਾਲ ਬਗਾਨੇ ਪੜਨਾ ਹੋਵੇ ਚਾਹੀਦਾ ਬੰਦਾ ਦਲੇਰ ਜਿਹਾ ਹੋਵੇ ਗੁਸਤੀ ਦਿਲ ਚਾਹੀਦਾ ਬਾਬਾ ਸ਼ੇਰ ਜਿਹਾ ਭਾਈ ਜਿਹੜੇ 6000 ਰੁਪਇਆ ਲਾਇਆ ਧੋਨੀ ਅਹਿਮਦ ਉਹ ਬੰਦਾ ਕਹਿੰਦਾ ਵੀ ਫੈਸਲਾ ਹਰ ਜੀ ਸ਼ੇਰ ਦਾ ਤਾੜੀਆਂ ਮਾਰ ਦਿਓ ਉਹਨੇ ਕਿਹਾ ਮੈਂ 6000 ਬੜੀ ਮੁਸ਼ਕਲ ਮੰਗਵਾਇਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਦੋ ਦੋ ਨੌਜਵਾਨ ਸਿਰੇ ਹੈ ਅੰਮ੍ਰਿਤਪਾਲ ਨੇ ਵੀ ਕਹਿੰਦੇ ਵੱਡਾ ਫਰਕ ਮਾਰਿਆ ਵੀ ਥੋੜਾ ਜਿਹਾ ਪਹਿਲਾਂ ਕਾਂਗਰਸ ਮਾਸੂ ਵਾਲੇ ਨਾਲ ਜਿਹੜੀ ਕੁਸ਼ਤੀ ਬਰਾਬਰ ਹੋਈ ਆ ਪਰ ਕੁਸ਼ਤੀ ਕਿਤੇ ਰੰਗਾਂ ਦੇ ਵਿੱਚ ਹੈ ਤੇ ਵਧੀਆ ਵਾਲਾ ਵੀ ਨੌਜਵਾਨ ਬਾਕੀ ਥੋੜੇ ਸਮੇਂ 'ਚ ਕਹਿੰਦੇ ਫਰਕ ਮਾਰਿਆ ਇਸ ਨੌਜਵਾਨ ਨੇ ਵੀ ਤੇ ਗੌਰਵ ਮਾਸੂ ਵਾਲੇ ਨਾਲ ਕੁਸ਼ਤੀ ਬਰਾਬਰ ਹੋਈ ਆ ਥੋੜੇ ਸਮੇਂ ਪਹਿਲਾਂ ਉਹਨੇ ਦੇ ਲੱਗੇ ਭਟੋਲੀ ਜੰਗਲ ਦੇ ਵਿੱਚ ਹੈ ਤੇ ਸੋਹਣੀ ਖੇਡ ਦੇ ਮਾਲਕ ਖੇਡ ਜਦੋਂ ਚੰਗੀ ਵਿਖਾਉਂਦੇ ਨੇ ਸੈਂਕੜਾ ਨਹੀਂ ਹਜ਼ਾਰਾਂ ਦਿਲਾਂ ਵਿੱਚ ਡੇਰੇ ਲਾਉਂਦੇ ਨੇ ਤੇ ਜਿਸ ਮੈਦਾਨ ਵਿੱਚ ਖੇਡੋ ਸਦਲੀ ਪੈੜਾ ਪਾ ਜਾਂਦੇ ਜਿੰਦ ਸੁਹਾਰਿਆ ਬਾਪੂ ਪਿੰਡ ਦਾ ਨਾਂ ਚਮਕਾ ਜਾਂਦੇ ਬਾਕੀ ਮਾਪੇ ਪਿੰਡ ਦਾ ਨਾਂ ਚਮਕਾ ਜਾਂਦੇ ਕਹਿੰਦੇ ਜਿਸ ਇਲਾਕੇ ਵਿੱਚ ਯਾਰ ਦਿਖਾਉਂਦੇ ਆ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਸਮੇਂ ਦੀਆਂ ਬਾਤਾਂ ਵੱਡੇ ਜੰਗਲਾਂ ਦੀ ਸ਼ੁਰੂਆਤ ਹੋਣੀ ਹੈ ਅਕਤੂਬਰ ਮਹੀਨੇ ਹੁਣ ਤੋਂ ਜੰਮੂ ਦੇ ਜੰਗਲਾਂ ਦੇ ਵਿੱਚ ਰੌਣਕਾਂ ਲੱਗਣਗੀਆਂ 21 ਤਰੀਕ ਸੁਨੈਲ ਦਾ ਦੰਗਲ ਹੋਣਾ ਹੈ 27 ਤਰੀਕ ਬਨ ਮਾਲਵਰ ਦਾ ਦੰਗਲ ਹੋਏਗਾ ਤੇ ਨਾਲ ਹੀ 28 ਤਰੀਕ ਬਨਤਲਾ ਵਿੱਚ ਠੱਠਰ ਦੇ ਦੰਗਲ ਦੀ ਤਰੀਕ ਹੋਏਗੀ ਤਿੰਨੇ ਦੰਗਲਾਂ ਦੇ ਸਿਰੇ ਦੇ ਮਨ ਪੁੱਜਣੇ ਹੈ ਇਹ ਵੀ ਨੋਟ ਕਰਦੇ ਆਈਏ ਬਨਤਲਾ ਠੱਠਰ ਵਾਲੇ ਸਾਰੇ ਹੀ ਵੀਰ ਸਾਡੇ ਵਿਚਕਾਰ ਪੁੱਜੇ ਹੋਏ ਆ ਸੁਰਿੰਦਰ ਜੀ ਹੋਰਾਂ ਨਾਲੀ ਹੈਪੀ ਵਿੱਕੀ ਮਨਜੀਤ ਸਾਰੇ ਵੀਰ ਜਿਹੜੇ ਪੁੱਜੇ ਹੋਏ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਚੱਲਦੀਆਂ ਹੋਈਆਂ ਕੁਸ਼ਤੀਆਂ ਮੈਦਾਨ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ ਭਾਈ ਰੱਖੜੀ ਤੋਂ ਬਾਅਦ ਗੁੱਗੇ ਨਾਮ ਦੀ ਦੂਜਾ ਦਿਨ ਜਿਹੜਾ ਦੰਗਲ ਹੋਏਗਾ ਉਹ ਹੈਪੀ ਜੀ ਕਰਾਉਣਗੇ ਪਰ ਔਰ 15 ਨੂੰ ਤੈ ਨੋਟ ਬਾਰ ਨੂੰ ਦੰਗਲ ਛਿਪੇਗੀ ਬਣਦੀ ਆ ਨੋਟ ਕਰਿਓ ਹੈਪੀ ਭਾਜੀ ਵਾਲੇ ਜੰਗਲ ਦੀ ਤਰੀਕ 5 ਬਣ ਗਈ ਹੈ ਕਿਉਂਕਿ 10ਵੇਂ ਜਿਹੜੀ 5 ਤਰੀਕ ਦੀ ਹੈ ਹਾਂਜੀ 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 ਬਾਬਾ ਜੀ 5 ਸਤੰਬਰ ਜਿਹੜਾ 10ਵੀਂ ਦਾ ਦਿਨ ਹੈ ਗੁੱਗਾ ਨੌਮੀ ਤੋਂ ਦੂਜੇ ਦਿਨ ਹੈਪੀ ਵਾਲਾ ਜੰਗਲ ਪਰਮ ਦਾ ਹਾਂਜੀ ਚੰਟੀ ਧੰਮੀ
कमीनी नवरेता के तमाम लोगों का बहुत बहुत शुक्रगुजार हैं कि चीनी ने अपना कीमती समय निकाल कर इस तंगड़ को चार चंद रुपए मैंने उन्होंने फैसला हार दी थे। एक मिनट पाली कुश्ती का समय हो गया, पाली कुश्ती का और जिन्हें पानी सजने इस तंगड़ की योगदान देता उनका भी शुक्रगुजार है। सारे कुश्ती प्रेमियों की सारे तंगड़ प्रेमियों की एक मिनट हैं दो दो दुकान यार हाथ होगी है क्या कर रहे हैं। पांच मिनट और भाई ध्यान दया करो, मान लो अपन सरिंजा और अपने खून वाली थैलिया ना लिया करो। पांच मिनट दोनों होर देती है कान सीधे नाले तंगड़े जी और किसी पिछले देखा बनियान अंदर कुछ है कनी मनोर को शमशेर भी कुछ पांच मिनट होर देते जी जो फैसला नहीं होगा तो चाचा जी अगर बड़ा पुराना ना दो हजार आ गया गोल। मेरी गल सुनो चाचे नु कह भी कुर्सी हफ्ते में फेर करा ली हफ्ता घर रख एक गल तो चाचे ने घरे रहना है खुराक बड़ी उठी खानी है। बाहर जाते हुए कुर्सी बनी दे देनी है कमेटी का फैसला फिर ध्यान दो बाहर भी आना है इस गल का ध्यान दो की कहते चाचा साडा किधर लगे चाचा की कह चाचा है बापू परतियों ना ला जा मल का घर तू चले भाई हूं की चक्कर है मनीर भुल ल टोली टोली कमेंट दे यार दसो आगे की चक्कर है बापू की कहना भी हार पार हो जाए पांच मिनट और रुपए भाई बापू गल थोड़ी जी गलत गल जो कुश्ती लाई थी ना उस वे कहने से भी कुश्ती हार पार से पैसे देने हैं फिर थोड़ा पता की है हम तो घोल ले बहुत घोल ले भाई को देखो कल तक घोल दिया तुम बापू अमृतपाल ध्यान नहीं लास्ट वार्निंग है प्रां जी हो बात चले गए कुश्ती दे देनी इस गल का ध्यान दो कमेटी का फैसला है। हाँ जी हाँ ठीक है जी ध्यान दे अगर बाहर चले गए प्रां जी तो कुश्ती जी बनी दे देनी इस गल का ध्यान दो की हो फैसला इधर अंदर बट गया अंदर बटना ही है तुम भी लालच करके बाबे के तीन तीन हजार का अमृतपाल कुर्सी दे देनी हूं दे दो जी फिर कुर्सी दे दो आई गल है भरा जी बैठ रहे हैं इस गल का ध्यान दो भाई कोई बोल रहा है अमृतपाल जी बाहर जाएगा कुर्सी तेरे खिलाफ हो जाएगी दुनिया जम्मू